ਅੱਜ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਆਖਰੀ ਦਿਨ ਬੜਾ ਇੱਕ ਇੰਪੋਰਟੈਂਟ ਬਿੱਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਗਿਆ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਦਾ ਜੀ ਐਸ ਟੀ ਸੋਧਨਾ ਬਿੱਲ 2024 ਪੇਸ਼ ਕੀਤਾ ਗਿਆ, ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀਆਂ ਦੀਆਂ, ਪੰਜਾਬ ਦੇ ਉਹਨਾਂ ਸਟੇਕ ਹੋਲਡਰ ਦੀਆਂ ਜਿਹੜੇ ਵਪਾਰ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਵੱਡੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋਇਆ। ਕਿਉਂਕਿ ਜਿਵੇਂ ਐਕਸਟਰਾ ਨਿਊਟਰਲ ਅਲਕੋਹਲ ਈ ਐਨ ਏ ਦੇ ਉੱਤੇ ਪਹਿਲਾਂ ਜੀ ਐਸ ਟੀ ਲੱਗਦਾ ਸੀਗਾ, ਪਹਿਲਾਂ ਜੀ ਐਸ ਟੀ ਟੈਕਸ ਜਿਹੜਾ ਉਹ ਈ ਐਨ ਏ ਤੇ ਲੱਗਦਾ ਸੀਗਾ, ਹੁਣ ਉਹਨੂੰ ਜੀ ਐਸ ਟੀ ਦੇ ਪ੍ਰੀਵਿਊ ਚੋਂ ਬਾਹਰ ਕੱਢ ਕੇ ਉਹਨੂੰ ਬੈਟ ਦੇ ਅੰਦਰ ਲਿਆਂਦਾ ਗਿਆ ਗਾ। ਇੱਕ ਵੱਡੀ ਚੇਂਜ ਜਿਹੜੀ ਆ ਪੰਜਾਬ ਚ ਹੋਈ ਹੈਗੀ, ਪਰ ਨਾਲ ਦੀ ਨਾਲ ਜਿਹੜਾ ਇੰਡਸਟਰੀਅਲ ਪਰਪਜ਼ ਦੇ ਆ, ਜਿਹੜਾ ਇੰਡਸਟਰੀਅਲ ਪਰਪਜ਼ ਦੇ ਲਈ ਇਹਦੇ ਵਰਤਿਆ ਜਾਂਦਾ ਗਾ ਉਹਦੇ ਤੇ ਜੀ ਐਸ ਟੀ ਲੱਗੂਗਾ, ਪਰ ਲੇਕਿਨ ਜਿਹੜਾ ਹਿਊਮਨ ਕੰਜਮਪਸ਼ਨ ਦੇ ਲਈ ਯਾਨੀ ਕਿ ਅਲਕੋਹਲ ਚ ਵਰਤਿਆ ਜਾਂਦਾ ਗਾ ਉਹਨੂੰ ਬੈਟ ਦੇ ਅਧੀਨ ਲਿਆਂਦਾ ਗਾ। ਵੱਡੀ ਜਿਹੜੀ ਆ ਚੇਂਜ ਹੋਈ ਆ। ਇਹਦੇ ਨਾਲ ਹੀ ਜਿਨ੍ਹਾਂ ਵਪਾਰੀਆਂ ਨੇ ਜਾਂ ਜਿਹੜੇ ਜੀ ਐਸ ਟੀ ਦੇ ਅੰਦਰ ਰਜਿਸਟਰਡ ਨੇ ਉਹਨਾਂ ਨੇ ਆਪਣਾ ਆਈ ਟੀ ਸੀ ਨਹੀਂ ਲਿਆ ਸੀ, ਕਿਸੇ ਨਾ ਕਿਸੇ ਕਾਰਨ ਉਹ ਨਹੀਂ ਆਪਣਾ ਫਾਰਮ ਭਰ ਸਕੇ ਸੀ ਸਮੇਂ ਦੇ ਸਿਰ, ਜਿਹੜੀ ਰਿਟਰਨ ਨਹੀਂ ਭਰ ਸਕੇ ਸੀਗੇ, ਉਹਨਾਂ ਨੂੰ ਛੋੜ ਦਿੱਤੀ ਗਈ ਹੈ। ਜਿਨ੍ਹਾਂ ਨੇ 30/11/2021 ਤੱਕ ਉਹ ਆਪਣਾ ਆਈ ਟੀ ਸੀ ਜਿਹੜਾ ਇਨਪੁਟ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹ ਆਪਣਾ ਕਲੇਮ ਕਰ ਸਕਦੇ ਨੇ। ਇਹ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕਦੀ ਆ ਆਈ ਟੀ ਸੀ ਰਿਟਰਨ। ਇਹਦੇ ਨਾਲ ਹੀ ਜਿੱਥੇ ਕਿਸੇ ਵਪਾਰੀ ਨੂੰ ਕੋਈ ਨੋਟਿਸ ਜਾਰੀ ਹੁੰਦਾ ਸੀ ਕਿਸੇ ਗਲਤੀ ਦੇ ਕਾਰਨ ਜਾਂ ਕਿਸੇ ਕੋਈ ਟੈਕਨੀਕਲ ਖਰਾਬੀ ਦੇ ਕਾਰਨ, ਉਹਨੂੰ ਪਹਿਲਾਂ ਸੰਮਣ ਜਾਰੀ ਹੁੰਦੇ ਸੀ ਕਿ ਇਨ ਪਰਸਨ ਪੇਸ਼ ਹੋਵੋ, ਤੁਸੀਂ ਖੁਦ ਪੇਸ਼ ਹੋਵੋ, ਜਿਹੜਾ ਜੀ ਐਸ ਟੀ ਦੇ ਅੰਦਰ ਰਜਿਸਟਰ ਹੁੰਦਾ ਸੀਗਾ। ਪਰ ਲੇਕਿਨ ਇਹ ਨਵੀਂ ਪ੍ਰੋਵੀਜ਼ਨ ਕੀਤੀ ਗਈ ਹੈ, ਅਮੈਂਡਮੈਂਟ ਕੀਤੀ ਗਈ ਹੈ ਕਿ ਹੁਣ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਪਲੀਡਰ ਦੇ ਰਾਹੀਂ, ਆਪਣੇ ਐਡਵੋਕੇਟ ਦੇ ਰਾਹੀਂ, ਆਪਣੇ ਸੀ ਏ ਦੇ ਰਾਹੀਂ ਜਿਹੜਾ ਵਪਾਰੀ ਜਿਹੜਾ ਉਹ ਸਬੰਧਤ ਅਧਿਕਾਰੀ ਕੋਲੇ ਪੇਸ਼ ਹੋ ਸਕਦਾ ਗਾ। ਇਸੇ ਤਰ੍ਹਾਂ ਸੈਕਸ਼ਨ 74A ਦੇ ਵਿਚ ਵੱਡੀ ਅਮੈਂਡਮੈਂਟ ਹੋਈ ਆ ਕਿ ਜਿਹੜਾ ਪਹਿਲਾਂ ਰਿਟਰਨ ਰਿਪਲਾਈ ਫਾਈਲ ਕਰਨ ਦਾ ਸਮਾਂ, ਰਿਟਰਨ ਸਟੇਟਮੈਂਟ ਫਾਈਲ ਕਰਨ ਦਾ ਸਮਾਂ, ਰਿਪਲਾਈ ਫਾਈਲ ਕਰਨ ਦਾ ਸਮਾਂ 30 ਦਿਨ ਸੀਗਾ, ਉਹ ਵਧਾ ਕੇ 60 ਦਿਨ ਕੀਤਾ ਗਿਆ ਗਾ। ਸੋ ਇਹਦੇ ਨਾਲ ਮੈਂ ਸਮਝਦਾ ਵੱਡੀ ਵਪਾਰੀਆਂ ਨੂੰ ਇੱਕ ਰਾਹਤ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ 2017 ਦੇ ਵਿਚ, ਕਿਉਂਕਿ ਜੀ ਐਸ ਟੀ ਰਜ਼ੀਮ ਜਿਹੜੀ ਆ, ਜੀ ਐਸ ਟੀ ਟੈਕਸ ਰਜ਼ੀਮ 2017 ਚ ਆਈ ਆ, 2017-18 2019-20 ਦੇ ਵਿਚ ਯਾਨੀ ਕਿ 2017 ਤੋਂ ਲੈ ਕੇ 19-20 ਤੱਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਆਪਣਾ ਟੈਕਸ ਦੀ ਰਿਟਰਨ ਦੇ ਵਿਚ ਕੋਈ ਨਾ ਕੋਈ ਖਾਮੀ ਹੋਣ ਦੇ ਕਾਰਨ ਆਪਣੀ ਟੈਕਸ ਰਿਟਰਨ ਨਹੀਂ ਭਰੀ ਜਾਂ ਟੈਕਸ ਨਹੀਂ ਭਰਿਆ, ਟੈਕਸ ਟੁੱਟ ਗਿਆ, ਉਹਨਾਂ ਨੂੰ ਵੱਡੀ ਰਾਹਤ ਦਿੱਤੀ ਆ। ਔਰ ਸਾਰੇ ਜਣੇ ਆਪਣਾ ਉਹ ਟੈਕਸ 31-25 ਤੱਕ ਭਰ ਸਕਣਗੇ। ਔਰ ਇੰਟਰਸਟ ਜਿਹੜਾ ਵਿਆਜ ਲੱਗਣਾ ਸੀ ਜਾਂ ਪੈਨਲਟੀ ਲੱਗਣੀ ਸੀ ਉਹ ਸਾਰੀ ਖਤਮ ਕੀਤੀ ਗਈ ਆ। ਹੁਣ ਸਾਰੇ ਵਪਾਰੀਆਂ ਨੂੰ ਵੱਡੀ ਜਿਹੜੀ ਰਾਹਤ ਆ ਪੰਜਾਬ ਚ ਮਿਲੀ ਆ ਕਿ ਉਹ ਆਪਣਾ ਟੈਕਸ ਜਿਹੜਾ ਹੈਗਾ 31-25 ਤੱਕ ਜੀ ਐਸ ਟੀ ਦਾ ਜੇਕਰ ਕੋਈ ਖਾਮੀ ਰਹੀ ਆ, ਟੈਕਸ ਨਹੀਂ ਭਰ ਸਕੇ, ਉਹ ਭਰ ਦੇਣ ਤਾਂ ਉਨ੍ਹਾਂ ਦਾ ਇੰਟਰਸਟ ਤੇ ਜਿਹੜੀ ਪੈਨਲਟੀ ਆ ਉਹ ਵੇਵ ਹੋਊਗੀ, ਖਤਮ ਹੋਊਗੀ। ਪੰਚਾਇਤੀ ਰਾਜ ਐਕਟ ਦੇ ਵਿਚ ਜੋ ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿਚ, ਉਹ ਰਿਜ਼ਰਵੇਸ਼ਨ ਜਿਹੜੀ ਹੁੰਦੀ ਸੀ ਅਨੁਸੂਚਿਤ ਜਾਤੀਆਂ ਜਾਂ ਪਛੜੇ ਵਰਗਾਂ ਦੀ ਜ਼ਿਲ੍ਹੇ ਲੈਵਲ ਤੇ ਹੁੰਦੀ ਸੀ, ਉਹਦੇ ਵਿਚ ਜਿਹੜੇ ਅਸਰ ਸੂਖ ਰੱਖਦੇ ਸੀ ਲੀਡਰ ਜਾਂ ਇਸ ਮਹਿਕਮੇ ਦੇ ਮੰਤਰੀ ਜਾਂ ਵੱਡੇ ਲੀਡਰ, ਉਨ੍ਹਾਂ ਨੇ ਆਪਦੇ ਬਲਾਕਾਂ ਦੇ ਵਿਚ ਕਈ ਵਾਰ ਜੇ ਆਬਾਦੀ ਜ਼ਿਲ੍ਹੇ ਦੇ ਵਿਚ 35% ਆ, ਕਿਸੇ ਬਲਾਕ ਦੇ ਵਿਚ 30% ਆਬਾਦੀ ਹੁੰਦੀ ਸੀ ਐਸ ਸੀ, ਕਿਸੇ ਦੇ ਵਿਚ 40% ਹੁੰਦੀ ਸੀ, ਤੇ ਉਹ
ਆਪਦੇ ਬਲਾਕਾਂ ਦੇ ਵਿੱਚ ਫਾਇਦਾ ਲਿਆ ਜਾਂਦਾ, ਆਪਦੇ ਚੇਤਿਆਂ ਨੂੰ ਖੁਸ਼ ਕਰਨ ਲਈ ਆਪਦੇ ਬਲਾਕਾਂ 'ਚ ਰਿਜ਼ਰਵੇਸ਼ਨ ਜਿਹੜੀਆਂ ਸੀਟਾਂ ਕਰਦੀਆਂ ਸਰਪੰਚੀ ਦੀਆਂ ਉਹ ਘੱਟ ਕੀਤੀਆਂ ਜਾਂਦੀਆਂ ਸੀ ਅਤੇ ਦੂਜੇ ਬਲਾਕਾਂ ਦੇ ਵਿੱਚ ਵੱਧ ਕਰ ਦੇਣੀਆਂ। ਹੁਣ ਬਲਾਕ ਲੈਵਲ 'ਤੇ ਇਹ ਰਿਜ਼ਰਵੇਸ਼ਨ ਹੋਊਗੀ, ਉਹਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਹੋਊਗਾ। ਜਿੰਨੇ ਵੀ ਉਸ ਬਲਾਕ ਦੇ ਵਿੱਚ ਆਬਾਦੀ ਹੋਵੇਗੀ ਉਹਦੇ ਅਨੁਸਾਰ ਹੀ ਰਿਜ਼ਰਵੇਸ਼ਨ ਹੋਵੇਗੀ। ਇਸ 'ਚ ਜਿਹੜੀ ਸਾਡੀ ਪਛੜੀਆਂ ਸ਼੍ਰੇਣੀਆਂ SC ਵਰਗਿਆ ਉਹਨਾਂ ਨੂੰ ਫਾਇਦਾ ਮਿਲੇਗਾ, ਕਿਸੇ ਦਾ ਕੋਈ ਹੱਕ ਨਹੀਂ ਖਾ ਸਕੇਗਾ। ਇਹਦਾ ਕਰਕੇ ਇਸ ਬਿੱਲ ਦੇ ਵਿੱਚ ਸੋਧ ਕੀਤੀ ਗਈ। ਧੰਨਵਾਦ ਜੀ। ਹਾਂਜੀ, ਸਿੰਬਲ ਜਿਹੜਾ ਸਿੰਬਲ ਖਤਮ ਕੀਤਾ ਗਿਆ ਉਹਦੇ 'ਚ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਦੱਸਿਆ ਕਿ ਜਿਹੜਾ ਸਰਪੰਚ ਆ ਉਹ ਪਿੰਡ ਦਾ ਚਾਹੀਦਾ, ਕਿਸੇ ਪਾਰਟੀ ਦਾ ਨਹੀਂ ਚਾਹੀਦਾ। ਕਿਸੇ ਦਾ ਚੋਣ ਨਿਸ਼ਾਨ ਬੈਟ ਹੋਵੇ, ਹਾਕੀ ਹੋਵੇ, ਭਾਵੇਂ ਤਾਲਾ ਹੋਵੇ, ਉਹਨੂੰ ਲੋਕ ਇਹ ਸਮਝ ਕੇ ਵੋਟ ਪਾਉਣ ਵੀ ਇਹ ਸਾਡਾ ਸਰਪੰਚ ਆ। ਜੇ ਉਹ ਚਾਹੁੰਦਾ ਆਪਦੇ, ਜੇ ਕੋਈ ਕਾਂਗਰਸ ਪਾਰਟੀ ਦਾ ਆਪਦੇ ਲੀਡਰ ਦੀ ਚਾਹੁੰਦਾ ਫੋਟੋ ਲਾਉਣੀ, ਉਹ ਰਾਹੁਲ ਗਾਂਧੀ ਦੀ ਫੋਟੋ ਲਾ ਲਏ। ਜੇ ਆਮ ਆਦਮੀ ਪਾਰਟੀ ਦਾ ਸਾਡਾ ਕੋਈ ਪਿਆਰ ਕਰਨ ਵਾਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਾ ਲਏ, ਕੇਜਰੀਵਾਲ ਸਾਹਿਬ ਦੀ ਫੋਟੋ ਲਾ ਲਏ। ਜੇ ਕੋਈ ਹੋਰ ਪਾਰਟੀ ਨਾਲ ਸੰਬੰਧ ਰੱਖਦਾ ਉਹ ਆਪਦੇ ਲੀਡਰ ਦੀ ਉੱਤੇ ਫੋਟੋ ਲਾ ਸਕਦਾ, ਪਰ ਚੋਣ ਸਿੰਬਲ ਤੋਂ ਬਿਨਾਂ ਇਲੈਕਸ਼ਨ ਹੋਵੇਗੀ। ਇਹਦੇ 'ਚ ਲੋਕ ਵੀ ਖੁਸ਼ ਨੇ ਕਿ ਸਾਡਾ ਸਰਪੰਚ ਸਾਡਾ ਹੈ, ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ, ਅਤੇ ਸਾਡੇ ਪਿੰਡ ਦਾ ਵਿਕਾਸ ਬਿਨਾਂ ਭੇਦਭਾਵ ਤੋਂ, ਬਿਨਾਂ ਪੋਲਿਟਿਕਸ ਤੋਂ, ਜਿਹੜੇ ਪਿਛਲੇ ਸਰਪੰਚ ਕਰਦੇ ਰਹੇ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਦੇ, ਵੀ ਜੇ ਕਿਸੇ ਨੇ ਵੋਟ ਨਹੀਂ ਪਾਈ ਉਹਦੀ ਬੂਹੇ ਅੱਗੋਂ ਗਲੀ ਛੱਡ ਦੇਣੀ ਜਾਂ ਉਹਦੀ ਪੁਲੀ ਪੁੱਟ ਦੇਣੀ ਜਾਂ ਉਹਦੀ ਨਾਲੀ ਰੋਕ ਦੇਣੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ 2.5 ਸਾਲ ਲੰਘ ਗਿਆ, ਨਾ ਕਿਸੇ ਨਾਲ ਪੱਖਪਾਤ ਕੀਤਾ, ਨਾ ਭੇਦਭਾਵ, ਭਾਵੇਂ ਕਿਸੇ ਵੀ ਪਾਰਟੀ ਨਾਲ, ਕੋਈ ਪੋਲੀਟੀਕਲ ਪਾਰਟੀ ਨਾਲ, ਉਹਦੇ ਬੂਹੇ ਅੱਗੇ ਕੋਈ ਕੱਚੀ ਗਲੀ ਨਹੀਂ ਛੱਡੀ ਗਈ, ਕੋਈ ਪੁਲੀ ਨਹੀਂ ਪੁੱਟੀ ਗਈ, ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ, ਕੋਈ ਨਜਾਇਜ਼ ਪਰਚਾ ਨਹੀਂ ਕਰਾਇਆ ਗਿਆ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ, ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਿਆ। ਇਸ ਗੱਲ ਨੂੰ ਪ੍ਰੈਸ ਵਾਲੇ ਭਰਾ ਵੀ ਚੰਗੀ ਤਰ੍ਹਾਂ ਜਾਣਦੇ, ਕਿਉਂਕਿ ਪੋਲੀਟੀਕਲ ਲੋਕਾਂ ਦੇ ਬਾਰੇ ਪ੍ਰੈਸ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ। ਇਹ ਕਹਿਣ ਦੀਆਂ ਗੱਲਾਂ, 110 ਪਿੰਡ ਜਿਹੜੇ ਤੁਸੀਂ ਗੱਲ ਕੀਤੀ ਆ ਸ਼ਾਹਕੋਟ ਦੀ, ਉਹ 110 ਪਿੰਡਾਂ ਦੇ ਵਿੱਚ ਪੇਪਰ ਰਿਜੈਕਟ ਹੋ ਕੇ ਸਰਬਸੰਮਤੀ ਇਹਨਾਂ ਕਰਾਈ ਆ, ਕੋਈ ਉਹ ਸਹਿਮਤੀ ਨਾਲ ਸਰਬਸੰਮਤੀ ਨਹੀਂ ਹੋਈ। ਇੱਕ ਹਲਕੇ ਦੇ ਵਿੱਚ 110 ਪਿੰਡ ਆ, ਅਤੇ 110 ਪਿੰਡਾਂ ਦੇ ਵਿੱਚ ਸਰਬਸੰਮਤੀ ਕਿਹੜੇ ਤਰੀਕੇ ਹੋਜੂਗੀ? ਆਪਾਂ ਮੰਨ ਲਈਏ ਇੱਕ ਹਲਕੇ ਦੇ ਵਿੱਚ 10 ਪਿੰਡਾਂ 'ਚ ਹੋਜੂ, 20 ਪਿੰਡਾਂ 'ਚ ਹੋਜੂਗੀ, 110 ਪਿੰਡਾਂ ਦੇ ਵਿੱਚ ਤੇ ਧੱਕੇ ਕੀਤੇ ਗਏ। ਹੁਣ ਇਹ ਅੰਦਰ ਸਵਾਲ ਕੀਤੇ ਸਾਡੇ ਸਾਥੀ ਮੈਂਬਰਾਂ ਨੇ, ਕਾਂਗਰਸ ਵਾਲਿਆਂ ਨੇ, ਵੀ ਸਰਬਸੰਮਤੀ ਹੋਊ, ਵੋਟਾਂ ਪੈਣਗੀਆਂ ਕਿ ਪੇਪਰ ਪਾੜੇ ਜਾਣਗੇ? ਇਹਨਾਂ ਨੂੰ ਆਪਦਾ ਵੇਲਾ ਚੇਤੇ ਹੋਣਾ ਚਾਹੀਦਾ। ਪੂਰੇ ਪੰਜਾਬ ਦੇ ਵਿੱਚ ਧੱਕੇਸ਼ਾਹੀਆਂ ਕੀਤੀਆਂ ਗਈਆਂ, ਪੇਪਰ ਪਾੜੇ ਗਏ, ਤੇ ਧੱਕਿਆਂ ਨਾਲ ਆਪਦੇ ਸਰਪੰਚ ਬਣਾਏ ਗਏ, ਉਹਨੂੰ ਇਹ ਸਰਬਸੰਮਤੀ ਦੱਸਦੇ ਆ। ਵੇਖੋ, ਅਸੀਂ ਤੇ ਇਹ ਕਹਾਂਗੇ ਵੀ ਸਰਪੰਚ ਤੇ ਪਿੰਡਾਂ ਦੇ ਲੋਕ ਸਰਬਸੰਮਤੀਆਂ ਕਰਨ। ਮਾਨ ਸਾਹਿਬ ਨੇ ਵੀ ਐਲਾਨ ਕੀਤਾ 5 ਲੱਖ ਰੁਪਇਆ ਤੇ ਪਿੰਡ ਨੂੰ ਮਿਲਣਾ ਹੀ ਮਿਲਣਾ, ਸਰਬਸੰਮਤੀ ਵਾਲੇ ਪਿੰਡ ਨੂੰ, ਨਾਲ ਸਟੇਡੀਅਮ ਬਣਨਗੇ, ਖੇਡ ਗਰਾਊਂਡਾਂ ਬਣਨਗੇ ਉਹਨਾਂ ਪਿੰਡਾਂ ਦੇ ਵਿੱਚ, ਹੌਸਪੀਟਲ ਸਕੂਲ ਬਣਨਗੇ। ਜਿਹੜੇ ਪਿੰਡ ਸਰਬਸੰਮਤੀ ਕਰਕੇ ਆਉਣਗੇ ਉਹਨਾਂ ਪਿੰਡਾਂ ਦਾ ਵਿਕਾਸ ਸਭ ਤੋਂ ਵੱਧ ਕਰਾਇਆ ਜਾਏਗਾ। ਵਿਕਾਸ ਤੇ ਸਾਰੇ ਪੰਜਾਬ ਦਾ ਹੀ ਹੋਣਾ, ਸਾਰੇ ਪਿੰਡਾਂ ਦਾ ਹੋਣਾ, ਪਰ ਜਿਹੜੇ ਪਿੰਡਾਂ ਸਰਬਸੰਮਤੀਆਂ ਹੋਣਗੇ ਉਹਨਾਂ ਪਿੰਡਾਂ ਦਾ ਵਿਕਾਸ ਜ਼ਮੀਨੀ ਪੱਧਰ ਤੇ ਵਾਕਈ ਦੱਸ ਦਿੱਤਾ ਜਾਵੇਗਾ ਵੀ ਸਰਪੰਚ ਸਾਂਝਾ ਸਾਰੇ ਪਿੰਡ ਦਾ ਤੇ ਆ ਵਿਕਾਸ ਕੀਤਾ ਪਿਆ। ਦੇਖੋ, ਜਿਹੜੀ ਲੋਕ ਸਭਾ ਦੀ ਚੋਣ ਆ ਨਾ, ਇਹਦਾ ਥੋੜਾ ਜਿਹਾ ਹੋਰ ਤਰ੍ਹਾਂ ਲੋਕੀ ਨਜ਼ਰੀਆ ਲੈ ਲੈਂਦੇ ਆ। ਦਿੱਲੀ ਦੇ ਵਿੱਚ ਸਰਕਾਰ ਤੀਜੀ ਵਾਰ ਰਿਪੀਟ ਹੋਈ ਆਮ ਆਦਮੀ ਪਾਰਟੀ ਦੀ, ਤੇ ਲੋਕ ਸਭਾ ਦੇ ਮੈਂਬਰ ਹੋਰ ਪਾਰਟੀਆਂ ਦੇ ਜਿੱਤ ਜਾਂਦੇ, ਉਸੇ ਤਰ੍ਹਾਂ ਪੰਜਾਬ 'ਚ ਵੀ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸਮਿਤੀ ਮੈਂਬਰ, ਕਾਰਪੋਰੇਸ਼ਨ ਆਮ ਆਦਮੀ ਪਾਰਟੀ ਜਿੱਤੂਗੀ। ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਦਾ ਪੰਜਾਬ ਦੀ ਲੋਕਾਂ ਨਾਲ, ਜਨਤਾ ਨਾਲ ਕੋਈ ਸੰਬੰਧ ਨਹੀਂ ਗਾ। ਦੇਖੋ, 9 ਤਰੀਕ ਜਿਹੜੀ ਆ ਹੁਣ ਸਾਡੀ ਸੁਪਰੀਮ ਕੋਰਟ ਦੇ ਵਿੱਚ, ਉਹਦੇ 'ਚ ਇਹੋ ਹੀ ਕੋਸ਼ਿਸ਼ ਆ ਵੀ ਹੱਕ ਸਾਡੇ 'ਚ ਹੀ ਫੈਸਲਾ ਆਊਗਾ, RDF ਫੰਡ ਆਊਗਾ। ਵੈਸੇ ਵੀ ਪੰਜਾਬ ਸਰਕਾਰ ਕੋਲ ਵਸੀਲੇ ਹੈਗੇ ਆ, ਸਰਪੰਚੀਆਂ ਹੁੰਦੇ ਉਹ ਸਾਰੇ ਪਿੰਡਾਂ ਦਾ
ਪੂਰੇ ਜ਼ੋਰਾਂ ਤੇ ਵਿਕਾਸ ਹੋਊਗਾ। ਧੰਨਵਾਦ। ਬਸ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿ ਤਾ ਵੀ ਪੰਚਾਇਤੀ ਚੋਣਾਂ ਜਲਦ ਹੋਣਗੀਆਂ ਜੀ।